ਸੋਖ ਬਰਾੜ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਿਜੇ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਛਾ ਇੱਕ ਤੇ ਮੈਨੂੰ ਇਹ ਦੱਸਿਓ ਜੀ ਵੀ ਆਮ ਤੌਰ ਤੇ ਨਾ ਆਈ ਥਿੰਕ ਇਹ ਜਿਆਦਾ ਜਿਹੜੀ ਸਥਿਤੀ ਹੈਗੀ ਆ ਇਹ ਇਹ ਆਪਣੇ ਸਾਊਥ ਏਸ਼ੀਅਨ ਕਲਚਰ ਦੇ ਵਿੱਚ ਹੈ ਕਿ ਬੜਾ ਜੈਂਡਰ ਸਪੈਸੀਫਿਕ ਬਣਾਇਆ ਹੋਇਆ ਇਸ professions ਨੂੰ ਹਾਂਜੀ ਹੈਨਾ ਕਿ ਜਿਹੜਾ ਨਰਸਿੰਗ profession ਆ ਉਹ ਫੀਮੇਲਸ ਨਾਲ ਹੀ ਸੰਬੰਧਿਤ ਹੁੰਦਾ ਪਰ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਆਈ ਥਿੰਕ ਕੈਨੇਡਾ ਆ ਕੇ ਹੀ ਪਹਿਲੀ ਵਾਰ ਪਤਾ ਲੱਗੀ ਸੀ ਹਾਂਜੀ ਓਨੈਸਟਲੀ ਫॉर ਮ ਕਿ ਹਾਲਾਂਕਿ ਮੇਰੀ ਫੈਮਿਲੀ ਦੇ ਵਿੱਚ ਕੁਝ ਮੈਡੀਕਲ ਪ੍ਰੋਫੈਸ਼ਨਲਸ ਹੈਗੇ ਨੇ ਪਰ ਜਦੋਂ ਕਦੇ ਵੀ ਨਰਸ ਬਾਰੇ ਸੋਚਣਾ ਤਾਂ ਕਿਉਂਕਿ ਇੱਕ ਮੀਡੀਆ ਨੈਰੇਟਿਵ ਹੈ ਨਾ ਇੱਕ ਜਿਹੜਾ ਨੈਰੇਟਿਵ ਬਣਿਆ ਸੀ ਹੁੰਦਾ ਸੀ ਵੀ ਅਚਾ ਨਰਸਿੰਗ ਵਾਲਾ ਕੰਮ ਫੀਮੇਲਸ ਹੀ ਕਰਦੀਆਂ ਨੇ ਪਰ ਇੱਥੇ ਆ ਕੇ ਦੇਖਿਆ ਨਹੀਂ 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 ਇਟਸ ਐਕਚੁਅਲੀ ਨਾਟ ਅ ਜੈਂਡਰ ਸਪੈਸਿਫਿਕ ਜੌਬ ਤੇ ਇੱਕ ਤੇ ਉਹ ਵਾਲਾ ਨੈਰੇਟਿਵ ਆਈ ਥਿੰਕ ਤੁਸੀਂ ਉਸ ਨੂੰ ਵੀ ਤੁਸੀਂ ਵੀ ਜ਼ਰੂਰ ਫੇਸ ਕੀਤਾ ਹੋਏਗਾ ਜੀ ਹਾਂਜੀ ਇਹ ਤੁਹਾਡੀ ਗੱਲ ਬਿਲਕੁਲ ਸੱਚ ਆ ਸੁਣਨ ਨੂੰ ਵੀ ਇਹੀ ਲੱਗਦਾ ਕਿ ਨਰਸਿਸ ਇੱਕ ਫੀਮੇਲ ਜੈਂਡਰ ਹੀ ਸਾਡੇ ਸਾਹਮਣੇ ਆਉਂਦਾ ਆ ਪਰ ਇਹ ਜਿਹੜਾ ਆਈ ਵੁੱਡ ਸੇ ਕਿ ਬੈਕ ਇਨ 2000 ਦੇ ਨੇੜੇ ਤੇੜੇ ਇਵਨ ਇਨ ਪੰਜਾਬ ਦੇ ਵਿੱਚ ਵੀ ਕਾਫੀ ਕਾਲਜਿਸ ਦੇ ਵਿੱਚ ਜਿਹੜੀ ਹੈਗੀ ਆ ਮੇਲ ਨਰਸਿੰਗ ਸਟਾਰਟ ਹੋ ਗਈ ਸੀ ਜੀ ਅਨਫੈਕਟ ਲੋਕ ਬਹੁਤ ਘੱਟ ਸੋਚਦੇ ਸੀ ਆਈ ਊਡ ਸੇ ਕਿ ਮੈਂ ਮੇਰੇ ਪੇਰੈਂਟਸ ਦਾ ਧੰਨਵਾਦ ਕਰਦਾ ਉਹਨਾਂ ਨੇ 2005 ਦੇ ਵਿੱਚ ਸੋਚ ਲਿਆ ਸੀਗਾ ਕਿ ਅਸੀਂ ਇਹਨੂੰ ਇਸ profession 'ਚ ਪਾਉਣਾ ਹੈ ਮੇਰਾ ਬ੍ਰਦਰ 2002 'ਚ ਸਟਾਰਟ ਕਰ ਗਿਆ ਸੀਗਾ ਨਰਸਿੰਗ ਆਪ ਦਾ ਰਾਈਟ ਬਟ ਹੁਣ ਜਦੋਂ ਆਪਾਂ ਇੱਥੇ ਆਉਂਨੇ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਲਜਸ ਨਾਟ ਓਨਲੀ ਨ ਪੰਜਾਬ ਹੁਣ ਤਾਂ ਆਪਾਂ ਜਿੱਥੇ ਆਪਾਂ ਹਸਪੀਟਲ ਦੇ ਵਿੱਚ ਵੀ ਜਾਂਦੇ ਆ ਤਾਂ ਉੱਥੇ ਮੇਲ ਨਰਸਸ ਦੀ ਕਾਫੀ ਜ਼ਿਆਦਾ ਭਰਮਾਰਾ ਕਾਫੀ ਜ਼ਿਆਦਾ ਲੋਡ ਹੈਗੀ ਆ ਜੀ ਦੈਟਸ ਰਾਈਟ ਦੈਟਸ ਰਾਈਟ ਅਛਾ ਜਦੋਂ ਤੁਹਾਡੀ ਜਰਨੀ ਰਹੀ ਤੁਸੀਂ ਪਹਿਲਾਂ ਪੰਜਾਬ ਦੇ ਵਿੱਚੋਂ ਪਹਿਲਾਂ ਤਾਲੀਮ ਹਾਸਲ ਕੀਤੀ ਤੁਸੀਂ ਉੱਥੇ ਐਕਟਿਵਲੀ ਕੰਮ ਵੀ ਕੀਤਾ ਹੈਲਥ케ਅਰ ਫੀਲਡ ਦੇ ਵਿੱਚ ਫਿਰ ਜਦ ਤੁਸੀਂ ਇੱਥੇ ਆਏ ਤਾਂ ਜਿਹੜੀਆਂ ਮੁਸ਼ਕਲਾਂ ਤੁਸੀਂ ਦੇਖੀਆਂ ਵੀ ਕਿੰਨਾ ਮੁਸ਼ਕਲ ਸੀਗਾ ਇੱਥੇ ਆਪਣੇ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਜਾਣਾ ਹਾਂਜੀ ਕੀ ਕੁਝ ਵੇਖਿਆ ਜੀ ਤੇ ਹੁਣ ਉਹ ਕਿੰਨਾ ਸਿਖਾਲਾ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਨੇ ਆਈ ਵੁੱਡ ਸੇ ਕਿ ਜਦੋਂ ਅਸੀਂ ਆਏ ਸੀਗੇ ਮੈਂ ਜੀ ਬੇਸਿਕਲੀ 2015 ਚ ਕੈਨੇਡਾ ਆਇਆ ਸੀਗਾ ਆਪਣੇ ਫੈਮਿਲੀ ਨਾਲ ਮੈਂ ਆਪਣੀ ਬੈਚਲਰਸ ਆਫ ਨਰਸਿੰਗ ਇੰਡੀਆ ਤੋਂ ਕਰ ਲਈ ਸੀ ਫਿਰ ਮੈਂ ਮਾਸਟਰਸ ਆਫ ਨਰਸਿੰਗ ਇੰਡੀਆ ਤੋਂ ਕੀਤੀ ਮੈਂ 9 ਸਾਲ ਉੱਥੇ ਨਰਸਿੰਗ ਫੀਲਡ ਦੇ ਵਿੱਚ ਐਕਟਿਵ ਰਿਹਾ ਹਾਂ ਜੀ 2015 ਚ ਜਦੋਂ ਅਸੀਂ ਇੱਥੇ ਆਏ ਸੀਗੇ ਸਾਨੂੰ ਪਹਿਲਾਂ ਤਾਂ ਰਿਸੋਰਸਸ ਦੀ ਕਮੀ ਲੱਗਦੀ ਸੀ ਕਿ ਵੀ ਅਸੀਂ ਕਿੱਥੇ ਜਾਏ ਕਿਹਨੂੰ ਦੱਸੀਏ ਕਿ ਅਸੀਂ ਇਸ ਫੀਲਡ ਦੇ ਵਿੱਚ ਵਾਪਸ ਜਾਣਾ ਚਾਹੁੰਦੇ ਹਾਂ ਉਦੋਂ ਬਹੁਤ ਹੀ ਲਿਮਟਿਡ ਰਿਸੋਰਸਸ ਸੀਗਾ ਤੇ ਪੰਜਾਬੀ ਕਮਿਊਨਿਟੀ ਦੇ ਵਿੱਚ ਤਾਂ ਬਹੁਤ ਘੱਟ ਸੀਗਾ ਜੇ ਕੋਈ ਸੀਗਾ ਤਾਂ ਹੋਰ ਕਮਿਊਨਿਟੀਜ਼ ਦੇ ਵਿੱਚ ਸੀਗਾ ਉੱਥੇ ਜਾਣਾ ਕਰਨਾ ਉਹਨਾਂ ਨੂੰ ਅਪਰੋਚ ਕਰਨਾ ਇੱਕ ਨਵੇਂ ਇਮੀਗ੍ਰੈਂਟ ਲਈ ਕਾਫੀ ਔਖਾ ਲੱਗਦਾ ਸੀਗਾ ਪਰ ਹੌਲੀ-ਹੌਲੀ ਦੇਖਭਾਲ ਕਰਦੇ ਹੋਏ ਅਸੀਂ ਕੁਝ ਆਪਾਂ ਪਤਾ ਕੀਤਾ ਕੁਝ ਵੈਬਸਾਈਟਸ ਤੋਂ ਕੁਝ ਰੈਗੂਲੇਟਰੀ ਬਾਡੀਜ਼ ਨੂੰ ਕਾਲ ਕੀਤੀ ਉਹਨਾਂ ਨੂੰ ਆਫਿਸ ਵਿੱਚ ਵਿੱਚ ਮਿਲੇ ਵੇ ਜਾ ਕੇ ਮਿਲੇ ਤਾਂ ਫਿਰ ਸਾਨੂੰ ਪਤਾ ਲੱਗਿਆ ਕਿ ਇਹ ਪ੍ਰੋਸੈਸ ਨੋ ਡਾਊਟ ਕੰਪਲੈਕਸ ਦਿਖਦੀ ਆ ਪਰ ਉਹ ਨਹੀਂ ਹੈ ਨਹੀਂ ਹੂੰ ਤੇ ਅੱਜ ਕੱਲ ਦੇ ਆਪਾਂ ਹੁਣ ਦੇ ਸਮੇਂ ਦੀ ਗੱਲ ਕਰੀਏ ਹੁਣ ਤਾਂ ਜੀ ਕਾਫੀ ਰਿਸੋਰਸਸ ਅਵੇਲੇਬਲ ਆ سوشل میڈیا ਤੇ ਬਹੁਤ ਇਦਾਂ ਦੀ ਇਨਫੋਰਮੇਸ਼ਨ ਐਕਟਿਵਲੀ ਪਾਈ ਜਾ ਸਕਦੀ ਆ ਹੁਣ ਉਦੋਂ ਨਾਲ ਪ੍ਰੋਸੈਸ ਕਾਫੀ ਈਜ਼ੀ ਹੋਈ ਵੀ ਆ ਪਲੱਸ ਕੋਵਿਡ ਨੇ ਥਿੰਗਸ ਨੂੰ ਸਿੰਪਲੀਫਾਈ ਕਰ ਦਿੱਤਾ ਆ ਵਰਸ ਸਿਮਪਲੀਫਾਈ ਕਰਦਾ ਹਾਂ ਕਿਉਂਕਿ ਜਿਹੜਾ 온ਟਾਰੀਓ ਦੇ ਵਿੱਚੋਂ ਖਬਰ ਆਈ ਉਹ ਜੇ ਹੁਣ ਆ ਪੈਂਡੈਮਿਕ ਕਰਕੇ ਹੀ ਸਟਾਫ ਸ਼ਾਰਟੇਜ ਕਰਕੇ ਹੀ 온ਟਾਰੀਓ ਨੇ ਇਹ ਕੀਤਾ ਕਿ ਇੰਟਰਨੈਸ਼ਨਲੀ ਕੁਆਲੀਫਾਈਡ ਨਰਸਿਸ ਨੂੰ ਕਹਿੰਦੇ ਅਸੀਂ ਕੰਮ ਕਰਨ ਦੀ ਇਜਾਜ਼ਤ ਦੇ ਦਿੰਨੇ ਆ ਹਾਂਜੀ ਪਰ ਹੁਣ ਜੇ ਇਸ ਵੇਲੇ ਕੋਈ ਸੁਣਦੇ ਹੋਣ ਜਿਹੜੇ ਕਿ ਇੰਟਰਨੈਸ਼ਨਲੀ ਕੁਆਲੀਫਾਈਡ ਨਰਸ ਨੇ ਭਾਵੇਂ ਉਹਨਾਂ ਨੇ ਪੰਜਾਬ ਤੋਂ ਆਪਣੀ ਡਿਗਰੀ ਕੀਤੀ ਆ ਕਿਸੇ ਵੀ ਹੋਰ ਹਿੱਸੇ ਤੋਂ ਕੀਤੀ ਹੋਈ ਆ ਹਾਂਜੀ ਤੇ ਉਹਨਾਂ ਉਹਨਾਂ ਨੂੰ ਤੁਹਾਡੀ ਹੁਣ ਜਿਹੜੀ ਆਰਗੇਨਾਈਜੇਸ਼ਨ ਹੈ ਜੀ ਪਰਫੈਕਟ ਸਟੈਪਸ ਲਰਨਿੰਗ ਇਹ ਤੁਹਾਡੀ ਇੰਸਟੀਚਿਊਟ ਆ ਤੁਸੀਂ ਕਿਵੇਂ ਹੈਲਪ ਕਰਦੇ ਹੋ ਪਹਿਲਾਂ ਤਾਂ ਐਕਸ ਜਦੋਂ ਤੁਸੀਂ ਆਪ ਉਸ ਪ੍ਰੋਸੈਸ ਚੋਂ ਲੰਗੇ ਮੈ ਮੈਨੂੰ ਯਕੀਨ ਹੈ ਕਿ ਤੁਹਾਡੇ ਆਲੇ ਦੁਆਲੇ ਵਾਲੇ ਬਹੁਤ ਸਾਰੇ ਤੁਸੀਂ ਹੋਰ ਵੇਖੇ ਹੋਣਗੇ ਜਿਹੜੇ ਉਹਨਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਜਿਹੜੀਆਂ ਮੁਸ਼ਕਲਾਂ ਤੁਹਾਨੂੰ ਆਈਆਂ ਸੀ ਤੇ ਫਿਰ ਉਹਦੇ ਵਿੱਚੋਂ ਜੈਨਿਸਿਸ ਹੋਇਆ ਤੇ ਫਿਰ ਪਰਫੈਕਟ ਸਟੈਪਸ ਲਰਨਿੰਗ ਉਹਦੇ ਵਿੱਚੋਂ ਨਿਕਲੀ ਜੀ ਆ ਬਿਲਕੁਲ ਜੀ ਅਜ ਜਦੋਂ ਅਸੀਂ ਪ੍ਰੋਸੈਸ ਦੇ ਵਿੱਚੋਂ ਜਾਂਦੇ ਸੀ ਬੇਸਿਕਲੀ ਇਹ ਹੁੰਦਾ ਸੀਗਾ ਕਿ ਅਸੀਂ ਇੱਕ ਸਟੈਪ ਕਰ ਲਿਆ ਤਾਂ ਜਿਹੜੇ ਸਾਡੇ ਪਿੱਛੇ ਆ ਉਹ ਸਾਨੂੰ ਅਪਰੋਚ ਕਰਦੇ ਸੀ ਕਿ ਕਿਵੇਂ ਕੀਤਾ ਕਿੱਥੋਂ ਸਟਾਰਟ ਕੀਤਾ ਕਿਵੇਂ ਕਰਨਾ ਹੈ ਰਾਈਟ ਇਦਾਂ ਇਦਾਂ ਜਦੋਂ ਅਸੀਂ ਇਹ ਜਰਨੀ ਚੋਂ ਆਪ ਗਏ ਸਾਨੂੰ ਇਹਦੇ ਚੰਗੇ ਮਾੜੇ ਹਰੇਕ ਚੀਜ਼ ਦਾ ਸਾਨੂੰ ਪਤਾ ਲੱਗ ਗਿਆ ਜੀ ਰਾਈਟ ਫਿਰ ਇਹਦੇ ਤੋਂ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ 2-3 ਸਾਲ ਅਸੀਂ ਲਾਈਕ ਕਮਿਊਨਿਟੀ ਨੂੰ ਵੈਸੀ ਐਕਟਿਵਲੀ ਦੱਸਦੇ ਰਹੇ ਸਾਡੇ ਜਿਹੜੇ ਜੂਨੀਅਰਸ ਪਿੱਛੇ ਆ ਰਹੇ ਸੀ ਸਾਨੂੰ ਕਿਸੇ ਨੂੰ ਪਤਾ ਲੱਗਦਾ ਸੀ ਕਿ ਇਹ ਆਰਐਨ ਬਣਿਆ ਆ ਹਸਪੀਟਲ ਦੇ ਵਿੱਚ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਪੇਸ਼ੈਂਟ ਪੁੱ ਜੀ ਬੁੱਤ ਤੂੰ ਇੰਡੀਆ ਤੋਂ ਆ ਸੋ ਥੇਕੀ ਕੀਤੀ ਆ ਮੇਰੀ ਗੁੜੀਆ ਨੇ ਸਾਡੀ ਡਾਟਰ ਇਨ ਲਾ ਨਰਸ ਸਿੰਘ ਕੀਤੀ ਆ ਕਿ ਮੈਂ ਕਰਨਾ ਸੋ ਪਹਿਲਾਂ ਤਾਂ ਵਰਡ ਆਫ ਮਾਉਥ ਉਦਾਂ ਹੀ ਸਾਨੂੰ ਉਹਨਾਂ ਨੂੰ ਸਿੱਧਾ ਦੱਸ ਦੇ ਸੀਗੇ ਫਿਰ ਲੋਕਾਂ ਦੇ ਕਹਿਣ ਤੇ ਹੌਲੀ ਹੌਲੀ ਪ੍ਰੈਸ਼ਰ ਪਿਆ ਤੇ ਫਿਰ ਅਸੀਂ ਪਰਫੈਕਟ ਸੈੱਫ ਲਰਨਿੰਗ ਨੂੰ ਅਸੀਂ ਸਿਰਜਿਆ ਹੁਣ ਅਸੀਂ ਪਰਫੈਕਟ ਸੈੱਫ ਲਰਨਿੰਗ ਦੇ ਵਿੱਚ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਗਾਈਡ ਕਰਦੇ ਆਂ ਰਾਈਟ ਕਿ ਕੀ ਕਰਨਾ ਕਿਉਂ ਕਰਨਾ ਕਿਹੜੇ ਪ੍ਰੋਵਿੰਸ ਦੇ ਵਿੱਚ ਕਰਨਾ ਤੁਹਾਡੇ ਲਈ ਸੌਖਾ ਕੀ ਆ ਤੁਹਾਡੀ ਨੀਡ ਕੀ ਆ ਉਹਦੇ ਅਕੋਰਡਿੰਗ ਅਸੀਂ ਦੱਸ ਦਿੰਦੇ ਆ ਕਿ ਆਹਾਂ ਚੀਜ਼ ਤੁਹਾਡੇ ਲਈ ਇਜ਼ੀ ਰਹਿ ਸਕਦੀ ਆ ਅੱਛਾ ਪ੍ਰੋਵਿੰਸ ਟੂ ਪ੍ਰੋਵਿੰਸ ਵੀ ਫਰਕ ਆ हां क्योंकि ये प्रोविंशियल ज्यूरिसडिक्शन आ गई बिल्कुल जी ਤੁਸੀਂ ਆ ਜਿਹੜਾ ਆ ਰੈਨ ਦਾ ਲਾਇਸੈਂਸ ਆ ਇਹ ਪ੍ਰੋਵਿੰਸ਼ੀਅਲ ਆ ਤੁਸੀਂ ਥਰੂ ਆਊਟ ਕੈਨੇਡਾ ਫੈਡਰਲ ਲੈਵਲ ਤੇ ਤੁਸੀਂ ਜੇ BC ਚ ਆ ਰਹੇ ਨਾ ਤੁਸੀਂ ਅਲਬਰਟਾ ਚ ਕੰਮ ਨਹੀਂ ਕਰ ਸਕਦੇ ਅੰਟਿਲ ਅਨਲਸ ਤੁਸੀਂ ਆਪਣਾ ਲਾਇਸੈਂਸ ਟ੍ਰਾਂਸਫਰ ਕਰਦੇ ਆ ਸੋ ਕਈ ਪ੍ਰੋਵਿੰਸ ਦੇ ਵਿੱਚ ਪ੍ਰੋਸੈਸ ਬਹੁਤ ਈਜ਼ੀ ਆ ਜਿਵੇਂ ਤੁਸੀਂ Ontario ਦਾ ਜ਼ਿਕਰ ਕੀਤਾ Ontario I would say ਉਹਨਾਂ ਨੇ ਜਿੰਨੇ ਕ ਸਟੈਪ ਲਏ ਆ ਸੋ ਫਾਰ ਤੇ ਜਿਹੜਾ ਹੁਣ ਆਹ ਸਟੈਪ ਲਿਆ ਆ ਇਹ ਇੱਕ ਕਾਫੀ ਵੱਡੀ ਰੈਵੋਲੂਸ਼ਨ ਲੈ ਕੇ ਆਊਗਾ ਜੀ ਦੂਜੇ ਪ੍ਰੋਵਿੰਸਸ ਵੀ ਇਹਨੂੰ ਫਾਲੋ ਕਰਨਗੇ ਜਿਹੜਾ ਉਹ ਕਰਦੇ ਪਏ BC ਨੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਆ ਹਮਮ ਹਮ অন্ਟਾਰੀਓ ਦੇ ਵਿਚਾਰਨ ਬਾਨਾ ਇਸ ਸਮੇਂ ਪੂਰੇ ਕੈਨੇਡਾ ਦੇ ਵਿੱਚ ਸਭ ਤੋਂ ਈਜ਼ ਆ ਤੇ ਉਹ ਖੁਦ ਵਿੱਚ ਬਹੁਤ ਹੈਲਪ ਕਰਦੇ ਆ ਫਾਲੋਡ ਬਾਈ BC BC ਉਹਨਾਂ ਦੇ ਪਿੱਛੇ ਜਾ ਰਿਹਾ BC ਵੀ ਰਿਲੈਕਸੇਸ਼ਨ ਦੇ ਰਿਹਾ ਆ ਬਟ অন্ਟਾਰੀਓ ਨੂੰ ਵੇਖਦੇ ਹੋਏ BC ਜਾਂ ਹੋਰ ਪ੍ਰੋਵਿੰਸਸ ਵੀ ਅਗੇ ਸਟੈਪ ਲੈ ਸਕਦੇ ਆ ਤੇ ਉਹਨਾਂ ਨੂੰ ਲੈਣੇ ਪੈਣਗੇ ਕੰਸਿਡਰਿੰਗ ਕਿ ਹੁਣ ਹੈਲਥ케ਅਰ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਵੱਧ ਚੁੱਕੀ ਆ ਲੋਕ ਸਿਕ ਬਹੁਤ ਜ਼ਿਆਦਾ ਹੋ ਰਿਹਾ ਤੇ ਸਟਾਫਿੰਗ ਸ਼ਾਰਟੇਜ ਬਹੁਤ ਹੈ ਜੀ ਹੁਣ ਤੇ ਕਹਿੰਦੇ ਕਿ ਨਰਸਿੰਗ ਸਟਾਫ ਦੀ ਤਾਂ ਕਹਿੰਦੇ ਕ੍ਰਾਈਸਿਸ ਲੈਵਲ ਤੇ ਪਹੁੰਚ ਚੁੱਕਾ ਤੇ ਕਈ ਮਾਹਰਾਂ ਦਾ ਇਹ ਕਹਿਣਾ ਹੈ ਕਹਿੰਦੇ ਜੇ ਛੇਤੀ ਕੁਝ ਨਾ ਕੀਤਾ ਗਿਆ ਇਹ ਜਿਹੜੀ ਘਾਟ ਹੈ ਇਰਰੀਵਰਸੀਬਲ ਨਾ ਹੋ ਜਵੇ ਕਿਤੇ ਕਿ ਜੇ ਹੁਣ ਉਹੀ ਹੈ ਨਾ ਕਿ ਜੇ ਕੋਈ ਇੰਟਰਨੈਸ਼ਨਲੀ ਕੁਆਲੀਫਾਈਡ ਨਰਸ ਜੇ ਉਹਨੂੰ ਕਿਤੇ ਹੋਰ ਮੌਕਾ ਮਿਲ ਜਾਂਦਾ ਹਾਂਜੀ ਕੋਈ ਯੂਐਸ ਚਲੇ ਜਾਂਦੇ ਨੇ ਕਿਸੇ ਹੋਰ ਮੁਲਕ ਜਾ ਕੇ ਸੈੱਟ ਹੋ ਜਾਂਦੇ ਨੇ ਆਸਟ੍ਰੇਲੀਆ ਵੱਲ ਬਹੁਤ ਲੋਕੀ ਜਾ ਰਹੇ ਨੇ ਹਾਂਜੀ ਕਹਿੰਦੇ ਉੱਥੇ ਜਾ ਕੇ ਜੇ ਕੋਈ ਸੈਟਲ ਹੋ ਗਿਆ ਤਾਂ ਕੈਨੇਡਾ ਉਸ ਕੰਪੀਟੀਸ਼ਨ ਦੇ ਵਿੱਚ ਵੀ ਲੂਜ਼ ਆਊਟ ਕਰ ਰਿਹਾ கரੈਕਟ ਹਾਂਜੀ ਜੀ ਅੱਛਾ ਹੁਣ ਜਿਹੜੀ ਕੋਈ ਇੰਟਰਨੈਸ਼ਨਲੀ ਕੁਆਲੀਫਾਈਡ ਨਰਸਿਸ ਨੇ ਹੈ ਇੰਟਰਨੈਸ਼ਨਲੀ ਐਜੂਕੇਟਿਡ ਨਰਸਿਸ ਨੇ ਉਹਨਾਂ ਨੇ ਜੇ ਇੱਥੇ BC ਦੇ ਵਿੱਚ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਆਪਣੇ ਆਪ ਨੂੰ ਐਜ਼ ਅ ਨਰਸ ਸਥਾਪਿਤ ਕਰਨਾ ਸਟੈਪਸ ਕੀ ਨੇ ਜੀ ਸੋ ਵਾਟਸ ਦਾ ਫਰਸਟ ਥਿੰਗ ਦੈ ਸ਼ੁੱਡ ਡੂ ਵੈਸੇ ਤਾਂ ਜੀ ਮੈਥੇ ਆ ਕਿ ਵੀ ਜਿਹੜੀ ਇਹ ਪ੍ਰੋਸੈਸ ਆ ਬਹੁਤ ਹੀ ਕੰਪਲੈਕਸ ਆ ਪਰ ਜੇ ਮੈਂ ਇਹਨੂੰ ਸਿੰਪਲ ਸ਼ਬਦਾਂ ਦੇ ਵਿੱਚ ਸਾਡੇ ਸਰੋਤਿਆਂ ਲਈ ਦੱਸਣਾ ਹੋਵੇ ਤਾਂ ਬੇਸਿਕਲੀ ਅਸੀਂ ਕੈਨੇਡਾ ਨੂੰ ਦੱਸਦੇ ਹਾਂ ਕਿ ਮੈਂ ਇੰਡੀਆ ਤੋਂ ਨਰਸਿੰਗ ਕੀਤੀ ਆ ਉਹ ਦੇਖਣਾ ਚਾਹਣਗੇ ਵੀ ਆਪਾਂ ਇੰਡੀਆ ਤੋਂ ਕਿਹੜਾ ਨਰਸਿੰਗ ਪ੍ਰੋਗਰਾਮ ਕੀਤਾ ਸੋ ਆਪਣਾ ਪਹਿਲਾ ਸਟੈਪ ਹੈਗਾ ਕਿ ਅਸੀਂ ਇੰਡੀਆ ਤੋਂ ਡਾਕੂਮੈਂਟਸ ਅਰੇਂਜ ਕਰਦੇ ਹਾਂ ਕੈਨੇਡੀਅਨ ਬਾਡੀਜ਼ ਲਈ ਉਹ ਦੇਖਦੇ ਆ ਕਿ ਇਹਨੇ ਇੰਡੀਆ ਦੇ ਵਿੱਚ ਆਹ ਪ੍ਰੋਗਰਾਮ ਕੀਤਾ ਆ ਉਹਦੇ ਅਕੋਰਡਿੰਗ ਉਹਦੇ ਅਕੋਰਡਿੰਗ ਫਿਰ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਠੀਕ ਆ ਅਸੀਂ ਤੁਹਾਡਾ ਇਹ ਪ੍ਰੋਗਰਾਮ ਮੰਨ ਲਿਆ ਆ ਆਈ ਊਡ ਸੇ ਕਿ ਜਿੰਨਾ ਆਸਟ੍ਰੇਲੀਆ ਦਾ ਯੂਰਪ ਜਾਂ ਇੰਗਲੈਂਡ ਚੋਂ ਕਿਸੇ ਵੀ ਸਟੂਡੈਂਟ ਨੇ ਨਰਸਿੰਗ ਕੀਤੀ ਆ ਜਿੰਨੀ ਉਹਦੀ ਐਜੂਕੇਸ਼ਨ ਨੂੰ ਇੱਥੇ ਮੰਨਿਆ ਜਾਂਦਾ ਇੰਡੀਆ ਵਾਲਿਆਂ ਦੀ ਵੀ ਸੇਮ ਹੀ ਮੰਨੀ ਜਾਂਦੀ ਆ ਹਮ ਹਮ ਰਾਈਟ ਫਿਰ ਉਹ ਦੇਖਣਾ ਚਾਹੁੰਦੇ ਹੁਣ ਦੇਖੋ ਵੀ ਜੀ ਅ ਕਲਚਰ ਦੇ ਵਿੱਚ ਡਿਫਰੈਂਸਸ ਹੈਗੇ ਆ ਰਾਈਟ ਆਪਾਂ ਨੂੰ ਪਤਾ ਕਿ ਹੈਲਥ케ਅਰ ਸਿਸਟਮ ਸਾਡੇ ਕੰਟਰੀ ਇੰਡੀਆ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਕੀ ਡਿਫਰੈਂਸ ਹੈਗਾ ਆ ਸੋ ਉਹ ਲੋਕਾਂ ਦੀ ਆ ਦੇਖਣ ਨੂੰ ਕਿ ਲੋਕ ਸੇਫ ਮਹਿਸੂਸ ਕਰਨ ਜਦੋਂ ਨਿਊ ਨਰਸਿਸ ਉਹਨਾਂ ਤੇ ਆਪ ਆਪਣਾ ਕੋਈ ਪ੍ਰੋਸੀਜਰਸ ਉਹ ਕਰਦੇ ਆ ਉਹ ਪਹਿਲਾਂ ਪਬਲਿਕ ਦੀ ਸੇਫਟੀ ਨੂੰ ਦੇਖਦੇ ਹੋਏ ਉਹਨਾਂ ਨੂੰ ਨਿਊ ਨਰਸਿਸ ਨੂੰ ਅਸੈਸ ਕਰਦੇ ਆ ਜੇ ਆਪਾਂ ਇੰਡੀਆ ਤੋਂ ਨਰਸਿੰਗ ਕੀਤੀ ਆ ਉਹ ਕਹਿੰਦੇ ਠੀਕ ਆ ਤੁਹਾਨੂੰ ਹੋ ਸਕਦਾ ਸਾਰਾ ਕੁਝ ਨਾ ਪਤਾ ਹੋਵੇ ਹੋ ਸਕਦਾ ਪਤਾ ਹੋਵੇ ਆਓ ਸਾਡੇ ਕੋਲੇ ਇੱਕ ਆਪਾਂ ਲੈਬ ਦੇ ਵਿੱਚ ਚੱਲਦੇ ਆ ਉੱਥੇ ਇੱਕ ਪੇਸ਼ੈਂਟ ਦੇ ਤੁਸੀਂ ਸਾਨੂੰ ਉਹੋ ਚੀਜ਼ਾਂ ਕਰਕੇ ਦਿਖਾ ਦਿਓ ਉਹ ਨਰਸਿੰਗ ਪ੍ਰੋਸੀਜਰ ਕਰਕੇ ਦਿਖਾ ਦਿਓ ਜੋ ਇੱਕ ਆਰਐਨ ਸਾਡੇ ਇੱਥੇ ਹਸਪੀਟਲ 'ਚ ਕਰਦੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਉੱਤੇ ਕਰਨੀਆਂ ਆਂ ਠੀਕ ਆ ਤੁਹਾਨੂੰ ਆਉਂਦੀਆਂ ਸੀ ਉਹਨਾਂ ਨੂੰ ਮੰਨ ਲਿਆ ਜੋ ਚੀਜ਼ਾਂ ਤੁਹਾਨੂੰ ਨਹੀਂ ਆ ਕੋਈ ਗੱਲ ਨਹੀਂ ਵੀ డు ਅੰਡਰਸਟੈਂਡ ਆਓ ਆਹ ਦੋ ਚਾਰ ਜਿਹੜੇ ਤੁਸੀਂ ਕੋਰਸ ਕਰ ਲਓ ਤੁਹਾਡੀਆਂ ਉਹ ਸ਼ਾਰਟਕਮਿੰਗਸ ਪੂਰੀਆਂ ਹੋ ਜਾਣ ਤੇ ਲਾਸਟ ਤੇ ਨਰਸਿੰਗ লাইসেনਸਰ ਇਗਜ਼ਾਮ ਸਾਨੂੰ ਲਿਖਣਾ ਪੈਂਦਾ ਉਹ ਜੇ ਕੋਈ ਕੈਨੇਡਾ ਚ ਵੀ ਇੱਥੇ 4 ਸਾਲ ਉਹਨੇ ਨਰਸਿੰਗ ਕੀਤੀ ਆ ਇੱਥੋਂ ਦਾ ਜੰਮਿਆ ਪਲਿਆ ਉਹਨੂੰ ਵੀ ਲਿਖਣਾ ਪੈਂਦਾ ਸਾਨੂੰ ਵੀ ਲਿਖਣਾ ਪੈਂਦਾ ਐਂਡ THEN YOU CAN PROUDLY WORK AS AN RN IN CANADA ਸੋ ਜੇ ਕੋਈ ਐਜ਼ ਐਨ ਇਮੀਗਰੈਂਟ ਆਏ ਨੇ ਤੇ ਉਹਨਾਂ ਨੇ ਨਰਸਿੰਗ ਕਿਸੇ ਹੋਰ ਮੁਲਕ ਤੋਂ ਕੀਤੀ ਆ ਹਾਂਜੀ ਇੱਥੇ ਆ ਕੇ ਉਹ ਕੰਮ ਸ਼ੁਰੂ ਕਰਨੇ ਏਜ ਲਿਮਿਟ ਵੀ ਹੈਗੀ ਆ ਜੀ ਕੋਈ ਐਗਜ਼ਾਮ ਵਗੈਰਾ ਦੇਣ ਲਈ ਜਾਂ No age limit ਨਹੀਂ ਕੋਈ ਏਜ ਲਿਮਿਟ ਨਹੀਂ ਜੀ ਐਜ਼ ਲੌਂਗ ਐਸ ਤੁਸੀਂ ਫਿਜ਼ੀਕਲੀ ਤੇ ਮੈਂਟਲੀ ਹੈਲਥੀ ਹੈਗੇ ਆ ਤੁਸੀਂ ਕੰਮ ਕਰ ਸਕਦੇ ਹੋ ਆਈ ਵੁੱਡ ਸੇ ਮੈਂ ਛੋਟੇ ਜਿਹੇ ਐਗਜ਼ੈਂਪਲ ਦੇਣਾ ਚਾਹੂੰਗਾ ਆ ਪਾਕਿਸਤਾਨ ਤੋਂ ਇੱਕ ਬੀਬੀ ਬੀਬੀ ਕਿਉਂਕਿ ਉਹਨਾਂ ਦੀ ਏਜ 58 ਇਅਰ 올 ਸੀਗੀ ਜੀ ਉਹਨਾਂ ਨੇ ਦੱਸਿਆ ਕਿ ਪੰਜਾਬੀ ਬੋਲਦੇ ਸੀ ਪੁੱਤ ਮੈਂ ਸ਼ਾਇਦ ਤੇਰੀ ਮੰਮੀ ਵਰਗੀ ਹੋਊਂਗੀ ਰਾਈਟ ਮੈਂ ਉੱਥੋਂ ਪਾਕਿਸਤਾਨ ਤੋਂ ਉਹਨਾਂ ਨੇ ਡਿਪਲੋਮਾ ਕੀਤਾ ਸੀਗਾ ਇੱਥੇ ਕੰਰੰਟਲੀ ਉਹ অন্ਟਾਰੀਓ ਦੇ ਵਿੱਚ ਸੈਟਲ ਸੀ ਕਿ ਮੈਂ ਕਰ ਸਕਦੀ ਆ ਮੈਂ ਉਹਨਾਂ ਨੂੰ ਸਾਰੀ ਪ੍ਰੋਸੈਸ ਦੱਸ ਸੀ ਜੀ রাইਟ ਉਹਨਾਂ ਦੇ ਫੈਮਲੀ ਮੈਂਬਰਸ ਵੀ ਨਾਲ ਬੈਠੇ ਸੀਗੇ ਉਹਨਾਂ ਨੂੰ ਸਾਰੇ ਪ੍ਰੋਸੈਸ ਦੱਸੀ ਤੇ ਉਹਨਾਂ ਦਾ ਅੱਜ ਤੋਂ 6 ਮਹੀਨੇ ਪਹਿਲਾਂ ਮੈਨੂੰ ਫੋਨ ਆਇਆ ਕਿ ਮੈਂ 온ਟਾਰੀਓ ਦੇ ਵਿੱਚ ਹੁਣ ਪ੍ਰੈਕਟੀਕਲ ਨਰਸਰੀ ਜੌਬ ਕਰ ਰਹੀ ਹਾਂ ਖੁਸ਼ੀ ਹੋਈ ਇਹ ਜਾਣ ਕੇ ਵੀ ਇਹ ਇੱਕ ਮਿੱਥੀ ਆ ਵੀ ਏਜ ਹੈਗੀ ਆ ਆਪਾਂ ਨੂੰ ਵੀ ਲੱਗਦਾ ਕਿ ਹੁਣ ਸਾਡੇ ਕੋਲ ਬੱਚੇ ਆ ਗਿਆ ਫੈਮਲੀ ਆ ਗਿਆ ਘਰ-ਬਾਰ ਹੈਗਾ ਆ ਤੇ ਮੈਨੂੰ ਘਰ ਵੀ ਸੰਭਣਾ ਆ ਬਟ ਏਜ ਇਸ ਨੋ ਲਿਮਟ ਤੁਸੀਂ ਚਾਹੇ ਜਦੋਂ ਮਰਜੀ ਇੰਡੀਆ ਚ ਨਰਸਿੰਗ ਕੀਤੀ ਹੋਵੇ ਤੁਸੀਂ 90s ਚ ਵੀ ਪਾਸ ਕੀਤੀ ਆ 2000 ਚ ਵੀ ਤੁਸੀਂ ਪਾਸ ਹੋਏ ਆ ਹੁਣ 22 ਸਾਲ ਹੋ ਗਏ ਆ ਫੇਰ ਵੀ ਤੁਸੀਂ ਆਰਐਨ ਦੇ ਪ੍ਰੋਸੈਸ ਸਟਾਰਟ ਕਰ ਸਕਦੇ ਆ ਜੀ ਜਿਵੇਂ ਤੁਸੀਂ ਕਿਹਾ ਉਹ ਪ੍ਰੈਕਟੀਕਲ ਐਗਜ਼ਾਮ ਜਿਹੜਾ ਇੱਕ ਹੈਗਾ ਕਿ ਜਿਹਦੇ ਵਿੱਚ ਉਹਨਾਂ ਨੇ ਦੇਖਣਾ ਵੀ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਪਤਾ ਹੈਗੀਆਂ ਨੇ ਹਾਂਜੀ ਆ ਜਿਹੜੇ ਕਈ ਐਕਸਪੀਰੀਐਂਸਡ ਨਰਸਿਸ ਆਉਂਦੇ ਨੇ ਦੂਜੇ ਮੁਲਕਾਂ ਤੋਂ ਹਾਂਜੀ ਉਹਨਾਂ ਦਾ ਤਜਰਬਾ ਹੀ ਇੰਨਾ ਹੁੰਦਾ ਹੈ ਪ੍ਰੈਕਟੀਕਲ ਕਿਉਂਕਿ ਐਨੇ ਮਰੀਜ਼ਾਂ ਨੂੰ ਉਹਨਾਂ ਨੇ ਵੇਖਿਆ ਹੁੰਦਾ ਉਹ ਮੈਂ ਕਿਹਾ ਪ੍ਰੈਕਟੀਕਲ ਅਸਪੈਕਟ ਦੇ ਵਿੱਚ ਤੇ ਕਈ ਵਾਰੀ ਮੈਨੂੰ ਲੱਗਦਾ ਹੈ ਇਹ ਬਾਕੀ ਤੁਸੀਂ ਇਹਨੂੰ ਹੋਰ ਇੱਥੇ ਐਲੈਬੋਰੇਟ ਕਰ ਸਕਦੇ ਹੋ ਆਮ ਸ਼ੋਰ ਕਿ ਇੱਥੇ ਵਾਲੇ ਦੇਖ ਕੇ ਕਈ ਵਾਰ ਤਾਂ ਹੈਰਾਨ ਰਹਿ ਜਾਂਦੇ ਹੁਣ ਇਹ ਵੀ ਅੱਛਾ ਇਹਨਾਂ ਨੂੰ ਇੰਨਾ ਪਤਾ ਜਿਹੜਾ ਕਿ ਕਈ ਵਾਰੀ ਇੱਥੇ ਬڑے ਉੱਚ ਤਾਲੀਮ ਜਿਹੜੇ ਕਈ ਮੈਡੀਕਲ ਪ੍ਰੋਫੈਸ਼ਨਲ ਹੁੰਦੇ ਨੇ ਉਹਨਾਂ ਨੂੰ ਕਈ ਵਾਰੀ ਉਹ ਪ੍ਰੈਕਟੀਕਲ ਐਸਪੈਕਟ ਨਹੀਂ ਪਤਾ ਹੁੰਦੇ। ਕਰੈਕਟ ਹਾਂਜੀ। ਨਹੀਂ ਇਹ ਇਹ ਗੱਲ ਤੁਹਾਡੀ ਸੱਚ ਹੈਗੀ ਆ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇੰਡੀਆ ਦੀ ਨਰਸਿੰਗ ਐਜੂਕੇਸ਼ਨ ਨੂੰ ਇਹ ਮੰਨਦੇ ਆ ਕੱਲੀ ਐਜੂਕੇਸ਼ਨ ਨੂੰ ਨਹੀਂ ਮੰਨਦੇ ਸਾਡੇ ਕਲੀਨਿਕਲ ਨੂੰ ਵੀ ਮੰਨਦੇ ਆ ਕਿਉਂਕਿ ਜਦੋਂ ਸਾਨੂੰ ਕਹਿੰਦੇ ਆ ਲੈਬ 'ਚੋਂ ਚੀਜ਼ਾਂ ਕਰੋ ਰਾਈਟ ਅਸੀਂ ਉਹ ਇੰਨੀਆਂ ਕੁ ਸੋਹਣੀਆਂ ਕਰਦੇ ਆ ਜਾਂ ਹਸਪੀਟਲ ਦੇ ਵਿੱਚ ਵੀ ਜਦੋਂ ਅਸੀਂ ਉਹ ਕਰਦੇ ਆ ਸਾਡੇ ਜਿਹੜੇ ASN's ਹੈਗੇ ਆ ਕਲੀਨਿਕਲ ਨਰਸ ਐਜੂਕੇਟਰਸ ਹੈਗੇ ਆ ਉਹ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਦੇ ਆ ਕਿ ਤੁਹਾਨੂੰ ਇੰਨਾ ਪ੍ਰੈ ਤੇ ਤੁਸੀਂ ਅਸੀਂ ਤੁਹਾਡੀਆਂ ਰਿਸੋਰਸਸ ਕਿਉਂ ਨਹੀਂ ਹੁਣ ਤੱਕ ਯੂਜ਼ ਕਰ पाए ਜੀ ਰਾਈਟ ਸੋ ਇਹ ਚੰਗੀ ਗੱਲ ਹੈਗੀ ਆ ਕਿ ਅਸੀਂ ਉਸ ਕੰਟਰੀ ਦੇ ਵਿੱਚੋਂ ਪੜੇ ਆ ਜਾਂ ਉੱਥੋਂ ਆਏ ਆ ਜਿੱਥੋਂ ਦੀ ਐਜੂਕੇਸ਼ਨ ਜਿੱਥੋਂ ਦੇ ਕਲੀਨਿਕਲ ਸਕਿੱਲ ਨੂੰ ਇੱਥੋਂ ਦੀ ਮਾਨਤਾ ਪ੍ਰਾਪਤ ਹੈਗੀ ਆ ਲੋਕ ਮੰਨਦੇ ਐ ਇਸ ਗੱਲ ਨੂੰ ਜੀ ਸੋ ਇੱਕ ਇਹ ਦੱਸਿਓ ਜੀ ਜਿਹੜਾ ਪ੍ਰੋਸੈਸ ਹੈ ਇਹਦੇ ਸਟੈਪਸ ਕੀ ਨੇ ਕੀ ਕੁਝ ਕਰਨਾ ਪੈਂਦਾ ਆ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਜੀ ਪਹਿਲਾ ਸਟੈਪ ਤਾਂ ਇਹ ਸਟਾਰਟ ਹੋਣਾ ਕਿ ਤੁਸੀਂ ਆਪਣੇ ਇੰਡੀਆ ਦੇ ਨਰਸਿੰਗ ਕੋਡੈਂਸ਼ੀਅਲਸ ਡਾਕੂਮੈਂਟਸ ਆਪਾਂ ਇੱਥੇ ਅਰੇਂਜ ਕਰਦੇ ਆ ਜੀ ਰਾਈਟ ਤਾਂ ਫੇਰ ਉਹ ਦੇਖ ਲੈਂਦੇ ਆ ਕਿ ਜਿਹੜੀ ਚੀਜ਼ ਤੁਹਾਨੂੰ ਉਹਨਾਂ ਨੂੰ ਲੱਗਦਾ ਕਿ ਨਹੀਂ ਆਉਂਦੀ ਉਹ ਚੀਜ਼ ਤੁਹਾਨੂੰ ਸਿਖਾ ਦਿੰਦੇ ਆ ਤੇ ਲਾਸਟ ਤੇ ਲਾਇਸੈਂਸਰ ਇਗਜ਼ਾਮ ਤੁਸੇ ਕਰਦੇ ਆ ਬੇਸਿਕਲੀ 4 ਸਟੈਪ ਹੈਗੇ ਆ ਜੀ ਬਟ ਹੁਣ ਕੋਵਿਡ ਨੂੰ ਦੇਖਦੇ ਹੋਏ ਹੈਲਥ케ਅਰ ਤੇ ਇੰਨੀ ਡਿਮਾਂਡ ਜ਼ਿਆਦਾ ਵਧ ਰਹੀ ਆ ਆਪਾਂ ਕਹਿ ਰਹੇ ਆ ਨਰਸਿਸ ਦੀ ਸ਼ਾਰਟੇਜ ਆ ਉਹ ਬਰਨ ਆਊਟ ਹੋ ਰਿਹਾ ਕਈ ਵਾਰੀ ਫਿਰ ਜਦੋਂ ਓਵਰਟਾਈਮ ਕੰਮ ਕਰਨਾ ਪੈਂਦਾ ਕੁਝ ਗਲਤੀਆਂ ਵੀ ਹੋ ਜਾਂਦੀਆਂ ਆ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ 온ਟਾਰੀਓ ਨੇ ਤੇ BC ਨੇ ਆਪਣੀ ਪ੍ਰੋਸੈਸ ਨੂੰ ਕੱਟ ਸ਼ਾਰਟ ਕਰ ਦਿੱਤਾ ਆ ਸੋ 온ਟਾਰੀਓ ਨੇ ਜਿਹੜੀਆਂ ਚੇਂਜੇਸ ਕੀਤੀਆਂ ਨੇ ਜੀ ਉਹ ਕੀ ਚੇਂਂਜੇਸ ਨੇ ਐਗਜ਼ੈਕਟਲੀ ਸੋ ਬੇਸਿਕਲੀ ਚਾਰਾਂ ਦੇ ਵਿੱਚੋਂ ਦੋ ਸਟੈਪ ਉਹਨਾਂ ਨੇ ਜਿਹੜੇ ਵੱਡੇ ਦੋ ਐਕਸਪੈਂਸਿਵ ਸਟੈਪ ਸੀਗੇ ਉਹਨਾਂ ਨੇ ਉੜਾ ਦਿੱਤੇ ਆ ਅੱਛਾ ਖਰਚਾ ਵੀ ਹੁੰਦਾ ਸੀ ਉੱਥੇ ਪਹਿਲੇ ਖਰਚਾ ਹੁੰਦਾ ਸੀਗਾ ਜੀ ਆ ਬੇਸਿਕਲੀ ਜਿਹੜੇ ਇੰਡੀਆ ਤੋਂ ਡਾਕੂਮੈਂਟ ਆ ਜਾਂਦੇ ਆ ਰਾਈਟ ਉਦੋਂ ਬਾਅਦ ਜਿਹੜਾ ਮੈਂ ਤੁਹਾਨੂੰ ਕਿਹਾ ਲੈਬ ਦੇ ਵਿੱਚ ਉਹ ਟੈਸਟ ਲੈਂਦੇ ਆ ਉਹ ਆਲਮੋਸਟ 2 ਤੋਂ 3000 ਡਾਲਰ ਉਹਦਾ ਖਰਚਾ ਸੀਗਾ ਉਹ ਕੈਂਡੀਡੇਟ ਨੂੰ ਨਿਊ ਇਮੀਗ੍ਰੈਂਟ ਨੂੰ ਆਪਣੇ ਪੌਕੇਟ ਚੋਂ ਦੇਣਾ ਕਾਫੀ ਔਖਾ ਸੀ ਜਿਹੜੇ ਉਹਨਾਂ ਨੇ 2-4 ਤੁਹਾਨੂੰ ਕੋਰਸਸ ਦੇਤੇ ਉਹ ਪਰ ਕੋਰਸ ਦਾ ਤੁਹਾਨੂੰ ਪੇ ਕਰਨਾ ਪੈਂਦਾ ਸੀਗਾ ਰਾਈਟ ਸੋ ਆਲਮੋਸਟ ਇਹਨੂੰ 5-7000 ਡਾਲਰ ਲੱਗ ਜਾਂਦਾ ਸੀਗਾ ਤੇ ਲਾਸਟ ਸਾਨੂੰ ਲਾਇਸੈਂਸਰ ਐਗਜ਼ਾਮ ਐਨਕਲੈਕਸ ਜਿਹਦਾ ਨਾਮ ਆ ਉਹ ਲਿਖਣਾ ਪੈਂਦਾ ਸੀ অন্ਟਾਰੀਓ ਕਹਿੰਦਾ ਤੁਸੀਂ ਇੰਡੀਆ ਤੋਂ ਡਾਕੂਮੈਂਟ ਮੰਗਾ ਕੇ ਤੇ ਐਨਕਲੈਕਸ ਲਿਖ ਲਓ ਕਿਉਂਕਿ ਐਨਕਲੈਕਸ ਉਹੀ ਪਾਸ ਕਰਦਾ ਜਿਹਨੂੰ ਐਜੂਕੇਸ਼ਨ ਇਨਫ ਹੈਗੀ ਆ ਉਹਦੇ ਜਿਹੜੇ ਕਨਸੈਪਟਸ ਸਟਰੋਂਗ ਹੈਗੇ ਆ ਹਰ ਕੋਈ ਐਨਕਲੈਕਸ ਨੂੰ ਪਾਸ ਨਹੀਂ ਕਰ ਸਕਦਾ ਉਹਨਾਂ ਨੇ ਦੇਖ ਲਿਆ ਹੋਵੇ ਜੇ ਬੰਦਾ ਐਨਕਲੈਕਸ ਪਾਸ ਕਰ ਸਕਦਾ ਇਹਦੇ ਚ ਪੋਟੈਂਸ਼ੀਅਲ ਹੈਗਾ ਆ ਉਹ ਕਹਿੰਦੇ ਠੀਕ ਆ ਤੁਹਾਨੂੰ ਆਹ ਲੈਬ ਦੇ ਵਾਲਾ ਟੈਸਟ ਦੇਣ ਦੀ ਲੋੜ ਨਹੀਂ ਤੁਹਾਨੂੰ ਕੋਰਸੇਸ ਲੈਣ ਦੀ ਲੋੜ ਨਹੀਂ ਅਸੀਂ ਦੇਖ ਲਿਆ ਕਿ ਤੁਹਾਨੂੰ ਸਾਰਾ ਕੁਝ ਆਉਂਦਾ ਆ ਆਓ ਤੁਸੀਂ ਸਾਡੇ ਆਰਐਨਜ਼ ਦੇ ਸੁਪਰਵਾਈਜ਼ਨ ਹੇਠ ਜਿਹੜੇ অন্ਟਾਰੀਓ ਦੇ ਵਿਚਾਰਨ ਹੈਗੇ ਉੱਥੋਂ ਦੇ ਹਸਪੀਟਲ ਦੇ ਵਿੱਚ ਲੌਂਗ ਟਰਮ ਕੇਅਰ ਦੇ ਵਿੱਚ ਕੰਮ ਕਰਦੇ ਆ ਤੁਸੀਂ ਸਾਡੀ ਸੁਪਰਵਾਈਜ਼ਨ ਦੇ ਹੇਠ ਸਾਡੇ ਆਰਐਨਜ਼ ਦੇ ਨਾਲ ਕੰਮ ਕਰੋ ਜੋ ਚੀਜ਼ਾਂ ਤੁਹਾਨੂੰ ਨਹੀਂ ਹੁੰਦੀਆਂ ਤੁਹਾਨੂੰ ਇੱਥੋਂ ਨਹੀਂਆਂ ਇੱਥੋਂ ਦੇ ਕਲਚਰ ਅਕੋਰਡਿੰਗ ਇੱਥੋਂ ਦੇ ਸਟੈਂਡਰਡਸ ਅਕੋਰਡਿੰਗ ਪਤਾ ਚੱਲ ਜਾਣਗੀਆਂ ਤੇ ਜਦੋਂ ਉਹ ਦੇਖ ਲੈਂਦੇ ਆ ਕਿ ਇਹ ਪਰਸਨ ਇੱਕ ਕੈਂਡੀਡੇਟ ਵਧੀਆ ਹੁਣ ਇੰਡੀਪੈਂਡੈਂਟਲੀ ਕੰਮ ਕਰ ਸਕਦਾ ਆ ਤੇ ਉਹ ਉਹਨਾਂ ਨੂੰ ਇੰਡੀਪੈਂਡੈਂਟਲੀ ਹਸਪੀਟਲ ਦੇ ਵਿੱਚ ਲੌਂਗ ਟਰਮ ਕੇਅਰ ਦੇ ਵਿੱਚ ਉਤਾਰ ਦਿੰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਟ੍ਰੇਨਿੰਗ ਦਾ ਸਾਉ ਲੈਂਦੇ ਨਹੀਂ ਕਿ ਕੈਂਡੀਡੇਟਸ ਨੂੰ ਉਲਟਾ ਦਿੰਦੇ ਆ ਸੋ ਯੂ ਐਕਚੁਅਲੀ ਗੈਟ ਹਾਇਰਡ ਐਂਡ ਗੈਟ ਪੇ ਰਾਈਟ ਤੇ BC ਦੇ ਵਿੱਚ ਵੀ ਕੁਝ ਸੁਖਾਲਾ ਕੀਤਾ ਗਿਆ ਜੀ ਜਿਵੇਂ ਤੁਸੀਂ ਕਹਿ ਰਹੇ ਸੀ ਆ ਐਜ਼ ਆਫ ਨਾਓ BC ਨੇ ਦੋ ਚੇਂਜਸ ਕੀਤੀਆਂ ਜੀ BC ਨੇ ਇੰਗਲਿਸ਼ ਦੇ ਵਿੱਚ ਕਾਫੀ ਰਿਲੈਕਸੇਸ਼ਨਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ BC ਨਹੀਂ ਸੀ ਦਿੰਦਾ ਅੱਛਾ ਜੀ ਰਾਈਟ ਨੰਬਰ 2 BC ਨੇ ਕਈ ਐਗਜ਼ਾਮਸ ਹੁਣ ਆਨਲਾਈਨ ਲੈਣਾ ਸ਼ੁਰੂ ਕਰ ਦਿੱਤੇ ਆ ਵੀ ਜੇ ਤੁਸੀਂ ਕਿਸੇ ਹੋਰ ਕੰਟਰੀ ਚ ਆ ਤੁਸੀਂ ਸੋਚ ਹੀ ਰਹੇ ਆ ਕਿ ਮੈਂ 6 ਮਹੀਨੇ ਤੱਕ ਸਾਲ ਤੱਕ ਮੈਂ ਜਾਣਾ ਆ ਤੁਸੀਂ ਇੰਡੀਆ ਦੇ ਵਿੱਚ ਹੈਗੇ ਆ ਤਾਂ ਤੁਸੀਂ 2-3 ਸਟੈਪ ਇੰਡੀਆ ਚ ਬੈਠ ਕੇ ਹੀ ਕਰ ਸਕਦੇ ਆ ਤਾਂ ਕਿ ਜਦੋਂ ਤੁਸੀਂ ਇੱਥੇ ਆਓ ਤੁਹਾਨੂੰ ਇੱਕ ਅੱਧਾ ਸਟੈਪ ਕਰਕੇ ਤੁਹਾਡੀ ਸਮੂਥ ਟਰਾਂਜ਼ੀਸ਼ਨ ਹੋ ਜੇ ਇੱਥੋਂ ਦੇ ਹੈਲਥ케ਅਰ ਸਿਸਟਮ ਦੇ ਵਿੱਚ ਇਹ ਸਭ ਦੇ ਵਿੱਚ ਪਰਫੈਕਟ ਸਟੈਪਸ ਲਰਨਿੰਗ ਤੁਸੀਂ ਕਿਵੇਂ ਹੈਲਪ ਕਰਦੇ ਹੋ ਜੀ ਅ ਅਸੀਂ ਬੇਸਿਕਲੀ ਸਭ ਤੋਂ ਵੱਡੀ ਗੱਲ ਤਾਂ ਜੀ ਗਾਈਡੈਂਸ ਆ ਰਾਈਟ ਹੁਣ ਜੇ ਮੈਂ ਕਹਾਂ ਕਿ ਮੇਰੇ ਘਰ ਤੋਂ ਬਾਹਰ 4 ਬੱਸਾਂ ਚੱਲਦੀਆਂ ਆ ਰਾਈਟ ਮੈਂ ਦੇਖਦਾ ਤਾਂ ਹੈਗਾ ਵੀ ਸਵਾਰੀਆਂ ਉੱਥੇ ਬੈਠੀਆਂ ਜਾ ਰਹੀਆਂ ਆ ਬਟ ਮੇਰੇ ਲਈ ਕਿਹੜੀ ਬੱਸ ਚੰਗੀ ਆ ਜਿਹੜੀ ਡੈਸਟੀਨੇਸ਼ਨ ਤੇ ਮੈਂ ਉਤਰਨਾ ਚਾਹੁੰਨਾ ਚੰਗੀ ਗੱਲ ਤਾਂ ਇਹ ਆ ਕਿ ਜੇ ਮੈਨੂੰ ਪਹਿਲਾਂ ਪਤਾ ਹੋਵੇ ਵੀ ਮੈਂ ਮੇਰੀ ਮੰਜ਼ਲ ਕਿੱਥੇ ਆ ਮੈਨੂੰ ਕਿੰਨਾ ਟਾਈਮ ਲੱਗ ਜਾਣਾ ਕਿੰਨੇ ਮੇਰੇ ਪੈਸੇ ਲੱਗ ਜਾਣੇ ਆ ਰਾਹ ਦੇ ਵਿੱਚ ਮੈਂ ਕਿੱਥੇ ਉਤਰਨਾ ਕਿੱਥੇ ਮੇਰਾ ਸਟੇਸ਼ਨ ਹੋਊਗਾ ਰਾਈਟ ਜੇ ਸਾਨੂੰ ਇਹ ਪਹਿਲਾਂ ਪਤਾ ਹੋਵੇ ਫੇਰ ਸਾਨੂੰ ਬੱਸ ਦੇ ਵਿੱਚ ਚੜਨਾ ਜਾਦੇ ਚੰਗੀ ਗੱਲ ਆ ਰੈਦਰ ਦੈਨ ਅਸੀਂ ਕੋਈ ਵੀ ਬੱਸ ਲੋਕਾਂ ਪਿੱਛੇ ਲਾ ਕੇ ਚੜ ਜਗੇ ਤੇ ਜਿੱਥੇ ਉਹਨੇ ਮੈਨੂੰ ਉਤਾਰਤਾ ਉਹ ਤੇ ਮੇਰੀ ਮੰਜ਼ਲ ਨਹੀਂ ਸੀ ਸੋ ਪਹਿਲਾਂ ਤਾਂ ਅਸੀਂ ਪ੍ਰੋਪਰ ਸਾਨੂੰ ਗਾਈਡ ਕਰਦੇ ਆ ਕਾਉਂਸਲ ਕਰਦੇ ਆ ਤੇ ਮੋਸਟ ਆਫ ਆ ਆਈਐਨ ਜਿਹੜੇ ਇੰਟਰਨੈਸ਼ਨਲ ਐਜੂਕੇਟਿਡ ਨਰਸਿਸ ਮੂਟ ਕੁੜੀਆਂ ਜਿਹੜੀਆਂ ਉਹ ਨਵੀਆਂ ਹੁੰਦੀਆਂ ਆ ਰਾਈਟ ਅਸੀਂ ਉਹਨਾਂ ਦੀ ਪੂਰੀ ਫੈਮਲੀ ਨੂੰ ਹਸਬੰਡ ਵਾਈਫ ਨੂੰ ਦੋਨੋਂ ਕਹਿੰਨੇ ਆ ਕਿ ਤੁਸੀਂ ਦੋਨੋਂ ਸਾਡੇ ਮੂਰੇ ਬੈਠੋ ਦੋਨਾਂ ਨੂੰ ਸਮਝਾਉਨੇ ਆ ਦੋਨਾਂ ਦੇ ਡਾਊਟਸ ਆਨਸਰ ਕਰਦੇ ਆ ਫਿਰ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਆ ਜੀ ਕਿ ਸਾਡਾ ਜਿਹੜਾ ਸਟਾਫ ਆ ਸਾਡਾ ਪੰਜਾਬੀ ਸਪੀਕਿੰਗ ਸਟਾਫ ਆ ਬਟ ਉਹ ਕੈਨੇਡਾ ਦੇ ਵਿੱਚ ਉਹ ਕੈਨੇਡੀਅਨ ਐਕਸਪੀਰੀਅੰਸ ਦਾ ਉਹ ਇੱਥੋਂ ਦੇ ਆਰੈਂਜ ਨੇ ਇੱਥੋਂ ਦੇ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ ਇੱਥੋਂ ਦੇ ਸਟੀਮਡ ਇੰਸਟੀਟਿਊਸ਼ਨ ਦੇ ਵਿੱਚ ਯੂਨੀਵਰਸ ਆਪਣੀ ਤੁਹਾਡੀ ਖੁਦ ਦੀ ਜ਼ੁਬਾਨ ਬੋਲਣ ਵਾਲੇ ਇਨਸਟ੍ਰਕਟਰ ਨਾਲ ਖੁੱਲ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਹਾਂ ਖੁੱਲ ਕੇ ਆਪਣੇ ਡਾਊਟਸ ਕਲੈਰੀਫਾਈ ਕਰ ਲੈਂਦੇ ਹਾਂ ਰਾਈਟ ਤੇ ਲਾਸਟਲੀ ਸਾਡੀਆਂ ਸਾਰੀਆਂ ਸਰਵਿਸਿਜ਼ ਤੁਸੀਂ ਰਿਮੋਟਲੀ ਐਕਸੈਸ ਕਰ ਸਕਦੇ ਆ ਕੋਵਿਡ ਦਾ ਟਾਈਮ ਆ ਤੁਸੀਂ 노 ਡਾਊਟ ਸਾਡਾ ਆਫਿਸ ਸਰੀ ਬੀਸੀ ਦੇ ਵਿੱਚ ਆ ਤੁਸੀਂ ਐਨੀ ਵੇਅਰ ਇਨ ਦਾ ਵਰਲਡ ਜੇ ਤੁਸੀਂ ਕਿਸੇ ਕੈਨੇਡਾ ਦੇ ਹੋਰ ਪ੍ਰੋਵਿੰਸ ਵਿੱਚ ਬੈਠੇ ਆ ਤੁਸੀਂ ਇੰਡੀਆ 'ਚ ਬੈਠੇ ਆ ਯੂਐਸਟੇ ਬੈਠੇ ਆ ਆਸਟ੍ਰੇਲੀਆ 'ਚ ਬੈਠੇ ਆ ਤੁਸੀਂ ਸਾਡੇ ਤੋਂ ਆਪਣੇ ਘਰ ਬੈਠੇ ਹੀ ਸਾਰੀਆਂ ਸਰਵਿਸਿਜ਼ ਲੈ ਸਕਦੇ ਆ ਰਾਈਟ ਇੱਕ ਛੋਟੀ ਜਿਹੀ ਮੈਂ ਇੱਥੇ ਹੋਰ ਗੱਲ ਕਰਨੀ ਚਾਹੂੰਗਾ ਰੀਸੈਂਟਲੀ ਸਾਨੂੰ ਜਿਹੜਾ ਇੱਕ ਫੋਨ ਆਇਆ ਕਿ ਮੈਂ ਰਵਾਂਡਾ ਤੋਂ ਬੋਲ ਰਿਹਾ ਆ ਤੇ ਮੈਂ ਨਰਸਿੰਗ ਪ੍ਰੋਸੈਸ ਬਾਰੇ ਕਰਨਾ ਮੈਂ ਆਹ ਸਟੈਪ ਕਰਨਾ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਆਪਣੇ ਹੋਟਲ ਦਾ ਨਾਮ ਲੈ ਰਿਹਾ ਕਿ ਮੈਂ ਰਵਾਡਾ ਹੋਟਲ ਤੇ ਬੈਠਾ ਜਦੋਂ ਮੈਨੂੰ ਦੁਬਾਰਾ ਮੈਂ ਕਲੈਰੀਫਾਈ ਕੀਤਾ ਕਹਿੰਦੇ ਮੈਂ ਰਵਾਡਾ ਇੱਕ ਕੰਟਰੀ ਆ ਜੀ ਆfਰੀਕਾ ਦੇ ਵਿੱਚ ਆfਰੀਕਾ ਚ ਰਵਾਡਾ ਹਾਂ ਜੀ ਹਾਂ ਜੀ ਮੈਂ ਉਹ ਮੈਂ ਸੋਚਿਆ ਵੀ ਜੁਗਾੰਡਾ ਤਾਂ ਸੁਣਿਆ ਆ ਤੋ ਜੁਗਾੰਡਾ ਤੇ ਰਵਾਡਾ ਬਿਲਕੁਲ ਨਾਲ ਆ ਉਥੋਂ ਮੈਂ ਕਰ ਰਿਹਾ ਉਹਨਾਂ ਨੇ ਸਾਡੇ ਤੋਂ ਦੋ ਸਟੈਪ ਆਲਰੇਡੀ ਕਰ ਲਿਆ ਹੁਣ ਤੀਜਾ ਸਟੈਪ ਹੁਣ ਉਹ ਕਹਿ ਰਿਹਾ ਕਿ ਮੇਰਾ ਤਾਂ ਕੈਨੇਡਾ ਦੇ ਕੋਈ ਜਾਣ ਪਛਾਣ ਨਹੀਂ ਤੁਸੀਂ ਕਿੱਥੇ ਰਹਿੰਦੇ ਆ ਅਸੀਂ ਦੱਸਿਆ ਸੀ BC ਚਾ ਕਹਿੰਦਾ ਮੈਂ BC ਚ ਹੀ ਆ ਜਾਣਾ ਆ ਤੁਸੀਂ ਹੁਣ ਮੈਨੂੰ ਤੀਜੇ ਦੇ ਵਿੱਚ ਵੀ ਹੈਲਪ ਕਰ ਦੇ। ਇੱਕ ਨਾ ਆਮ ਤੌਰ ਤੇ ਕੀ ਹੁੰਦਾ ਨਾ ਸੁਖਪਾ ਜੀ ਕਿ ਜਦੋਂ ਕੋਈ ਬੰਦਾ ਇੱਥੇ ਚਿਰ ਤੋਂ ਰਹਿੰਦਾ ਹੋਵੇ ਕਿਸੇ ਨੇ ਉੱਥੋਂ ਆਣਾ ਹੋਵੇ ਉਹਨੂੰ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਮੈਂ ਨਰਸਿੰਗ ਫੀਲਡ ਜਾਣਾ ਕੀ ਕਰਾਂ। ਹੁਣ ਜਿਹੜਾ ਬੰਦੇ ਦਾ ਨਰਸਿੰਗ ਫੀਲਡ ਦੇ ਵਿੱਚ ਕੋਈ ਵਾਹ ਵਾਸਤਾ ਹੀ ਨਹੀਂ ਭਾਵੇਂ ਰਹਿੰਦੇ ਨੂੰ 20 25 30 ਸਾਲ ਹੋ ਗਏ ਹੁਣ ਉਹ ਪ੍ਰੋਪਰਲੀ ਗਾਈਡ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਇਸ ਫੀਲਡ ਦੇ ਵਿੱਚ ਹੁਣ ਪੂਰਾ ਇਹਦੇ ਦੇਖ ਚੁੱਕੇ ਹੋ ਕਿ ਕਿਸ ਹਿਸਾਬ ਦੇ ਨਾਲ ਇਸ ਦੇ ਵਿੱਚ ਸੈੱਟ ਕੀਤਾ ਜਾ ਸਕਦਾ ਆਪਣੇ ਆਪ ਨੂੰ। ਤੋ ਤੁਹਾਨੂੰ ਇਹਦੇ ਸਾਰੇ ਵਿੰਗ ਵਾਲ ਤੇ ਬਾਰਿਕੀਆਂ ਬਾਰੇ ਪਤਾ ਸੋ ਆਈ ਥਿੰਕ ਦੈਟਸ ਜਿਹੜੀ ਗਾਈਡੈਂਸ ਹੁੰਦੀ ਹੈ ਇਨੀਸ਼ੀਅਲ ਉਹ ਬੜੀ ਇੰਪੋਰਟੈਂਟ ਹੁੰਦੀ ਹੈ ਜੀ ਵੈਲ ਬੀਗਨ ਇਜ਼ ਹਾਫ ਡਨ ਰਾਈਟ ਬਿਲਕੁਲ ਹਾਂ ਜੀ ਜੀ ਨੰਬਰ ਇੱਕ ਵਾਰ ਆਪਣਾ ਜ਼ਰੂਰ ਸਾਂਝਾ ਕਰ ਲਿਓ ਜੀ ਤੇ ਈਮੇਲ ਐਡਰੈਸ ਹਾਂਜੀ ਸੋ ਨੰਬਰ ਇਜ਼ 604 613 2633 ਤੁਸੀਂ ਸਾਨੂੰ ਫੋਨ ਕਰਕੇ ਸੁਖ ਬਰਾੜ ਮੇਰੇ ਨਾਲ ਜਾਂ ਹਰਪ੍ਰੀਤ ਬਰਾੜ ਨਾਲ ਗੱਲ ਕਰ ਸਕਦੇ ਹੋ ਜੀ ਤੇ ਸਾਡੀ ਈਮੇਲ ਹੈਗੀ ਜੀ info@pslearning.ca info@pslearning.ca ਸੋਖਪਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਧੰਨਵਾਦ ਜੀ